ਮਾਲਿਕ ਤੁਹਾਨੂੰ ਸਲਾਮਤ ਰੱਖੇ। 30 ਮਿੰਟ ਦੀ ਮੇਰੀ ਹਾਜ਼ਰੀ ਹੈ, ਉਹਦੇ ਵਿੱਚ ਇੱਕ ਬਾਵੇਰਾਂ ਦੇ ਹੁਕਮ ਦੀ ਤਮੀਲ ਔਰ ਇੱਕ ਫਿਰ ਮੈਂ ਆਪਣੀ ਮਰਜ਼ੀ ਨਾਲ ਪੜ੍ਹਨਾ, ਠੀਕ ਹੈ? ਅਤੇ ਜੀ ਜੀ ਡਰਾਉਂਦੇ ਕਿਉਂ ਮੈਨੂੰ ਪੜ੍ਹਦਾ? ਜੀ ਜੀ ਪੜ੍ਹਦਾ ਹੁਣ, ਠੀਕ ਹੈ। ਕਸੇ ਬਾਵੇਰਾਂ ਮੈਨੂੰ ਹੁਕਮ ਕੀਤਾ ਨਾਤ ਦਾ, ਆਓ ਆਓ ਬਿਸਮਿਲ੍ਲਾ। ਖਾਤਾ ਹੈ ਇਹ ਆਲਮ ਸਾਰਾ, ਇਹ ਨਾਤ ਸਭ ਤੋਂ ਪਹਿਲੇ ਇੰਗਲੈਂਡ 'ਚ ਕਿਬਲਾ ਉੱਥੇ ਤਸ਼ਰੀਫ ਫਰਮਾ ਸਨ ਜੀ। ਮੈਂ ਬਾਬਾ ਜੀ ਨਵੇਂ ਸ਼ੇਰ ਪੜ੍ਹ ਦੇਣੇ, ਮੈਂ ਇਸ ਵਜ੍ਹਾ ਤੋਂ ਉਹ ਪੜ੍ਹ ਗਿਆ ਮੈਨੂੰ, ਕਿਉਂਕਿ ਉਹ ਹੁਕਮ ਕਰ ਛੜਿਆ ਮੈਂ ਦੋ ਸ਼ੇਰ ਨਵੇਂ ਪੜ੍ਹ ਦੇਣਾ। ਉਹ ਪੜ੍ਹ ਲੈਣ ਜਿਹੜੇ ਕਿਸੇ ਨੇ ਵੀ ਨਹੀਂ ਪੜ੍ਹੇ। ਕਿਉਂ ਬਾਬਾ ਜੀ? ਮੈਂ ਵੇਖੋ ਤਾਂ ਸਹੀ, ਹੁਣ ਜਾਂਦੀ ਕਿੱਥੇ? ਖਾਤਾ ਹੈ ਇਹ ਆਲਮ ਸਾਰਾ, ਸਦਕਾ ਕਮਲੀ ਵਾਲੇ ਕਾ ਅੱਜ ਸ਼ੇਰ ਉਹ ਪੜ੍ਹਨੇ ਨੇ ਜਿਹੜੇ ਕਿਸੇ ਨੇ ਵੀ ਨਹੀਂ ਪੜ੍ਹੇ, ਜਿਹੜੇ ਮੈਂ ਲੁਕਾਏ ਹੋਏ ਸਾਂ। ਆਲਮ ਸਾਰਾ ਸਦਕਾ ਕਮਲੀ ਵਾਲੇ ਕਾ, ਹੁਣ ਸ਼ੇਰ ਤਿਆਰ ਬੈਠੇ ਹੋ ਪੜ੍ਹਾ ਨਵਾਂ ਸ਼ੇਰ, ਸਿਰ ਉਠਾਓ ਹਲਾ ਲਿਓ। ਨੌਸ਼ਾਬਾਨ ਕੋ ਇਬਨ ਅਲੀ ਲੈ ਵਹਦਤ ਕੋ ਬਤਲਾਇਆ ਕੇ ਚਿਹਰੇ ਮੇ ਅਬ ਚਿਹਰਾ ਕਮਲੀ ਵਾਲੇ ਕਾ। ਕਿਹੜਾ ਸ਼ੀਆ ਜਿਹਦਾ ਹੱਥ ਲਿਆ, ਕਿਹੜਾ ਸ਼ੀਆ ਜਿਹਦਾ ਹੱਥ ਲਿਆ? ਕਿਹੜਾ ਸਲਾਮ ਸਲਾਮਤ ਰੱਖੇ, ਬਹੁਤ ਦਿੱਤਾ ਹੈ ਇਮਰਾਨ ਸਭੀ ਕੋ ਸਦਕਾ ਕਮਲੀ ਵਾਲੇ ਕਾ। ਬਾਬਾ ਜੀ ਇਹ ਸਰਕਾਰੇ ਅੱਬਾਸ ਜ਼ਲਮ ਤੇ ਮੇਰਾ ਹੱਥ ਹੈ, ਸ਼ੇਰੋ ਪੜ੍ਹਨ ਲੱਗਾ ਜਿਹੜਾ ਅਜੇ ਤੱਕ ਕਿਤੇ ਵੀ ਨਹੀਂ ਪੜਿਆ, ਮੇਰੇ ਸਾਹਮਣੇ ਆ ਗਿਆ। ਸਿਰ ਉਠਾਓ ਹਲਾ ਲਿਓ। ਉਸਕਾ ਮਾਤਮ ਰੋਕ ਕੇ ਕੈਸੇ ਸਜਦਾ ਕਰ ਲੈ ਜਾਤੇ ਹੋ, ਜਿਸਕੀ ਖਾਤਰ ਰੁਕਤਾ ਨਹੀਂ ਹੈ ਸਜਦਾ ਕਮਲੀ ਵਾਲੇ ਕਾ। ਆ ਆ